ਆਪਣੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਬਰਾੜ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ। ਇੱਥੇ ਜਗਮੀਤ ਬਰਾੜ ਵੱਲੋਂ ਦਸਤਖਤ ਮੁਹਿੰਮ ਸ਼ੁਰੂ ਕੀਤੀ। ਜਗਮੀਤ ਬਰਾੜ ਨੇ ਕਿਹਾ ਕਿ ਉਹਨਾਂ ਦੀ ਇਸ ਮੁਹਿੰਮ ਦਾ ਮਕਸਦ ਪੰਜਾਬ ਦੀ ਖੇਤੀਬਾੜੀ ਨੂੰ ਬਚਾਉਣਾ ਹੈ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ। ਇਸੇ ਲਈ ਉਹ ਪੂਰੇ ਪੰਜਾਬ ਦਾ ਦੌਰਾ ਕਰਨਗੇ ਤੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਆਵਾਜ਼ ਚੁੱਕਣਗੇ। ਦਸਤਖਤ ਮੁਹਿੰਮ ਸ਼ੁਰੂ ਕੀਤੀ ਗਈ ਜਗਮੀਤ ਬਰਾੜ ਵੱਲੋਂ। ਮੈਂ ਇੱਕ ਉਦੇਸ਼ ਤੇ ਇੱਕ ਆਸ਼ੇ ਨਾਲ ਇਸ ਲਹਿਰ ਨੂੰ ਅਸੀਂ ਆਰੰਭ ਕਰ ਰਹੇ ਹਾਂ। ਤਿੰਨਾਂ ਮਹੀਨਿਆਂ 'ਚ ਪੰਜਾਬ ਦੇ ਸਾਰੇ ਹਲਕਿਆਂ ਦਾ ਦੌਰਾ ਮੁਕੰਮਲ ਕਰਕੇ ਉਹਦੀ ਸਾਰੀ ਫਹਿਰਿਸਤ ਜਿਹੜੀ ਹੈ ਅਸੀਂ ਇਕੱਠੀ ਕਰਕੇ ਇਹਨਾਂ ਮੁੱਦਿਆਂ 'ਤੇ ਇੱਕ ਨਵੀਂ ਜੱਦੋ ਜਹਿਦ ਪੰਜਾਬ ਦੇ ਹਿੱਤਾਂ ਦੇ ਅਨੁਕੂਲ ਕਰਾਂਗੇ।